ਕਬੱਡੀ ਜਗਤ ਨੂੰ ਪਰਸੋਂ ਰਾਤ ਇੱਕ ਵੱਡਾ ਘਾਟਾ ਉਸ ਸਮੇਂ ਪਿਆ ਜਦੋਂ ਕਬੱਡੀ ਜਗਤ 'ਚ ਵੱਡਾ ਨਾਮ ਕਮਾਉਣ ਵਾਲਾ ਜਾਫੀ ਪੰਮਾ ਸੋਹਾਣੇ ਵਾਲੇ ਦਾ ਮੋਹਾਲੀ ਏਅਰਪੋਰਟ ਰੋਡ 'ਤੇ ਐਕਸੀਡੈਂਟ ਹੋਇਆ ਅਤੇ ਇਸ ਐਕਸੀਡੈਂਟ 'ਚ ਉਹਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੰਮਾ ਸੋਹਾਣੇ ਵਾਲਾ ਇੰਟਰਨੈਸ਼ਨਲ ਲੈਵਲ 'ਤੇ ਖੇਡ ਕੇ ਸਿਰਫ ਪੰਜਾਬ ਹੀ ਨਹੀਂ ਪੂਰੀ ਦੁਨੀਆ 'ਚ ਆਪਣਾ ਨਾਮ ਬਣਾ ਚੁੱਕਾ ਸੀ। ਉਹਨਾਂ ਦੇ ਜੱਫਿਆਂ 'ਤੇ ਕਈ ਕਈ ਲੱਖਾਂ ਦਾ ਇਨਾਮ ਰੱਖਿਆ ਜਾਂਦਾ ਸੀ। 10 ਜੂਨ ਨੂੰ ਉਹਨਾਂ ਨੇ ਕੈਨੇਡਾ 'ਚ ਕਬੱਡੀ ਕੱਪ ਲਈ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਮੌਤ ਨੇ ਉਹਨਾਂ ਨੂੰ ਆਪਣੇ ਆਗੋਸ਼ 'ਚ ਲੈ ਲਿਆ। ਇਸ ਵੀਡੀਓ ਰਾਹੀਂ ਉਹਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਪਰਿਵਾਰ 'ਚ ਕੌਣ ਕੌਣ ਹੈ ਅਤੇ ਕਿਵੇਂ ਉਹਨਾਂ ਨੇ ਕਬੱਡੀ ਦੀ ਸ਼ੁਰੂਆਤ ਕੀਤੀ ਸੀ। ਪੰਮਾ ਸੋਹਾਣੇ ਵਾਲੇ ਦਾ ਜਨਮ 21/7/1990 ਨੂੰ ਬਾਪੂ ਸਰਦਾਰ ਪਿਆਰਾ ਸਿੰਘ ਅਤੇ ਮਾਤਾ ਸੁਖਪਾਲ ਕੌਰ ਦੇ ਘਰ ਹੋਇਆ। ਉਹਨਾਂ ਦੀ ਮਾਤਾ ਜੀ ਕਰੀਬ 3 ਸਾਲ ਪਹਿਲਾਂ ਅਕਾਲ ਚਲਾਣਾ ਕਰ ਗਏ ਸੀ। ਪੰਮਾ ਸੋਹਾਣੇ ਵਾਲਾ ਦਾ ਨਾਮ ਪਰਮਜੀਤ ਸਿੰਘ ਹੈ ਪਰ ਕਬੱਡੀ ਜਗਤ 'ਚ ਉਹਨਾਂ ਨੂੰ ਪੰਮਾ ਸੋਹਾਣੇ ਵਾਲਾ ਨਾਮ ਤੋਂ ਜਾਣਿਆ ਜਾਂਦਾ। ਪਰਿਵਾਰ 'ਚ ਉਹਨਾਂ ਦੇ 2 ਭਰਾ ਨੇ, ਇੱਕ ਵੱਡਾ ਅਤੇ ਇੱਕ ਛੋਟਾ। ਉਹਨਾਂ ਨੇ 12ਵੀਂ ਤੱਕ ਦੀ ਪੜ੍ਹਾਈ ਕੀਤੀ ਹੋਈ ਸੀ। ਵਿਆਹ ਦੀ ਗੱਲ ਕਰੀਏ ਤਾਂ ਉਹਨਾਂ ਦਾ ਵਿਆਹ 26 ਜਨਵਰੀ 2013 ਨੂੰ ਹੋਇਆ ਸੀ। ਵਿਆਹ ਤੋਂ ਬਾਅਦ ਉਹਨਾਂ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਜਿਸ ਦਾ ਨਾਮ ਗੁਰਬਾਣੀ ਕੌਰ ਹੈ ਅਤੇ ਇੱਕ ਬੇਟੇ ਦਾ ਜਨਮ ਹੋਇਆ ਜਿਸ ਦਾ ਨਾਮ ਸਰੋਵਰ ਸਿੰਘ ਹੈ। ਕਬੱਡੀ ਦੇ ਸ਼ੌਂਕ ਦੀ ਅਤੇ ਸ਼ੁਰੂਆਤ ਦੀ ਗੱਲ ਕਰੀਏ ਤਾਂ ਉਹਨਾਂ ਦੇ ਘਰ 'ਚ ਉਹਨਾਂ ਦੇ ਪਿਤਾ ਆਪਣੇ ਸਮੇਂ 'ਚ ਕਬੱਡੀ ਖੇਡਦੇ ਰਹੇ ਨੇ ਪਰ ਉਹਨਾਂ ਦੇ ਗੋਡੇ 'ਚ ਦਿੱਕਤ ਆਉਣ ਕਾਰਨ ਉਹਨਾਂ ਨੇ ਕਬੱਡੀ ਖੇਡਣਾ ਛੱਡ ਦਿੱਤਾ ਸੀ ਅਤੇ ਫਿਰ ਪੰਜਾਬ ਪੁਲਿਸ 'ਚ ਉਹਨਾਂ ਨੇ ਆਪਣੀ ਡਿਊਟੀ ਨਿਭਾਈ ਅਤੇ ਕਹਿ ਸਕਦੇ ਹਾਂ ਕਿ ਕਬੱਡੀ ਦੀ ਗੁੜਤੀ ਪੰਮਾ ਸੋਹਾਣਾ ਨੂੰ ਪਰਿਵਾਰ 'ਚੋਂ ਹੀ ਮਿਲੀ। ਸਕੂਲ ਪੜ੍ਹਨ ਸਮੇਂ ਤੋਂ ਹੀ ਪੰਮਾ ਸੋਹਾਣਾ ਨੇ ਕਬੱਡੀ ਖੇਡਣਾ ਸ਼ੁਰੂ ਕਰਤਾ ਸੀ। 32 ਕਿਲੋ ਭਾਰ ਤੋਂ ਨੈਸ਼ਨਲ ਅਤੇ ਪੰਜਾਬ ਸਟਾਈਲ ਕਬੱਡੀ ਦੀ ਸ਼ੁਰੂਆਤ ਕੀਤੀ ਅਤੇ ਇਸ ਦੇ ਨਾਲ ਹੀ ਕੁਸ਼ਤੀ 'ਚ ਉਹਨਾਂ ਨੇ ਕਈ ਮੈਡਲ ਆਪਣੇ ਨਾਮ ਕੀਤੇ। ਉਹਨਾਂ ਦੀ ਕਬੱਡੀ ਦੀ ਸ਼ੁਰੂਆਤ ਸੋਹਾਣਾ ਪਿੰਡ ਤੋਂ ਹੀ ਹੋਈ। ਪੰਮਾ ਸੋਹਾਣਾ ਨੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਉਹਨਾਂ ਦੇ ਪਿੰਡ ਦੇ ਹੀ ਮੁੰਡੇ ਜਿਸ ਦਾ ਨਾਮ ਅਮਨ ਕੋਚ ਹੈ ਉਹਨਾਂ ਦੇ ਨਾਲ ਹੋਈ ਸੀ। ਇਸ ਤੋਂ ਬਾਅਦ ਮੋਲੀ ਬੈਦਵਾਨ ਅਕੈਡਮੀ ਦੇ ਨਾਲ ਉਹਨਾਂ ਨੇ ਖੇਡਣਾ ਸ਼ੁਰੂ ਕੀਤਾ। ਸਾਲ 2009 ਤੋਂ ਓਪਨ ਕਬੱਡੀ ਖੇਡਣਾ ਸ਼ੁਰੂ ਕੀਤਾ ਅਤੇ ਜਦੋਂ 19 ਸਾਲ ਦੇ ਸੀ ਉਸ ਸਮੇਂ ਪੰਮਾ ਪਹਿਲੀ ਵਾਰ ਕੈਨੇਡਾ ਵਿਦੇਸ਼ੀ ਧਰਤੀ 'ਤੇ ਆਪਣਾ ਪਹਿਲਾ ਮੈਚ ਖੇਡਣ ਲਈ ਗਏ। ਇਸ ਤੋਂ ਬਾਅਦ ਅੱਜ ਤੱਕ ਉਹਨਾਂ ਨੇ ਸ਼ਾਇਦ ਹੀ ਕੋਈ ਇਹੋ ਜਿਹਾ ਮੁਲਕ ਹੋਵੇ ਜਿੱਥੇ ਉਹਨਾਂ ਨੇ ਕਬੱਡੀ 'ਚ ਹਿੱਸਾ ਨਾ ਲਿਆ ਹੋਵੇ। ਕਬੱਡੀ 'ਚ ਮਾਰੀਆਂ ਮੱਲਾਂ ਦੀ ਗੱਲ ਕੀਤੀ ਜਾਵੇ ਤਾਂ 10 ਤੋਂ ਵੱਧ ਬੁਲਟ ਮੋਟਰਸਾਈਕਲ, 20 ਤੋਂ ਵੱਧ ਦੂਜੇ ਮੋਟਰਸਾਈਕਲ, ਕਈ ਟਰੈਕਟਰ, ਅਲਟੋ ਕਾਰਾਂ ਅਤੇ ਸਕੋਰਪੀਓ ਗੱਡੀਆਂ ਉਹਨਾਂ ਨੇ ਆਪਣੇ ਨਾਮ ਕੀਤੀਆਂ। 10 ਜੂਨ ਨੂੰ ਵੀ ਉਹਨਾਂ ਨੇ ਕਬੱਡੀ ਕੱਪ ਲਈ ਕੈਨੇਡਾ ਜਾਣਾ ਸੀ। 29 ਮਈ ਦੀ ਰਾਤ ਨੂੰ ਮੋਹਾਲੀ ਏਅਰਪੋਰਟ ਰੋਡ 'ਤੇ ਇੱਕ ਦਰਦਨਾਕ ਹਾਦਸਾ ਹੋਇਆ ਜਿਸ 'ਚ ਉਹਨਾਂ ਦੀ ਮੌਤ ਹੋ ਗਈ। 29 ਮਈ ਦੀ ਰਾਤ ਨੂੰ ਕਰੀਬ 11:30 ਪੰਮਾ ਸੋਹਾਣਾ ਇਕੱਲੇ ਆਪਣੀ ਸਕੋਰਪੀਓ ਗੱਡੀ 'ਚ ਕਿਸੇ ਨੂੰ ਮਿਲਣ ਲਈ ਜਾ ਰਹੀ ਸੀ। ਸੈਕਟਰ 79 ਦੇ MET ਸਕੂਲ ਦੇ ਕੋਲ ਜਿਵੇਂ ਉਹ ਮੇਨ ਰੋਡ ਤੋਂ ਮੁੜੇ ਤਾਂ ਇੱਕ ਹੋਂਡਾ ਅਮੇਜ਼ ਟੈਕਸੀ ਦੇ ਨਾਲ ਉਹਨਾਂ ਦੀ ਟੱਕਰ ਹੋ ਗਈ। ਪੁਲਿਸ ਵੱਲੋਂ ਦੱਸਿਆ ਗਿਆ ਕਿ ਪੰਮਾ ਸੋਹਾਣਾ ਦੀ ਗੱਡੀ ਦੀ ਰਫ਼ਤਾਰ ਕਾਫੀ ਤੇਜ਼ ਸੀ ਅਤੇ ਟੈਕਸੀ ਦੇ ਨਾਲ ਉਹਨਾਂ ਦੀ ਟੱਕਰ ਹੋਈ। ਟੈਕਸੀ ਦੇ ਡਰਾਈਵਰ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਜੋ ਕਿ ਜੇਰੇ ਇਲਾਜ ਹੈ ਅਤੇ ਟੈਕਸੀ 'ਚ ਸਵਾਰ ਜੋੜੇ ਅਤੇ ਉਹਨਾਂ ਦੇ ਬੇਟੇ ਦੇ ਵੀ ਹਲਕੀਆਂ ਸੱਟਾਂ ਲੱਗੀਆਂ ਪਰ ਇਸ ਹਾਦਸੇ 'ਚ ਪੰਮਾ ਸੋਹਾਣੇ ਵਾਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਹਨਾਂ ਦੇ ਪਰਿਵਾਰ ਦੇ ਨਾਲ ਹੀ ਕਬੱਡੀ ਜਗਤ ਨੂੰ ਵੀ ਵੱਡਾ ਘਾਟਾ ਪਿਆ ਅਤੇ ਇੱਕ ਹੋਰ ਸਟਾਰ ਕਬੱਡੀ ਖਿਡਾਰੀ ਅਣਆਈ ਮੌਤ ਦੇ ਮੂੰਹ 'ਚ ਸਮਾ ਗਿਆ। ਵਾਹਿਗੁਰੂ ਉਹਨਾਂ ਦੇ ਪਰਿਵਾਰ ਨੂੰ ਇਹ ਮਾੜਾ ਸਮਾਂ ਝੱਲਣ ਦਾ ਬਲ ਬਖਸ਼ਣ। ਅਤੇ ਇਸ ਰਿਪੋਰਟ ਨਾਲ ਲੈਣਾ ਇਜਾਜ਼ਤ ਅਤੇ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ। ਉਦੋਂ ਤੱਕ ਜੁੜੇ ਰਹੋ ਚੈਨਲ PMA ਨਿਊਜ਼ ਦੇ ਨਾਲ।